ਨਵਾਂ ਦੀ ਜਾਣਕਾਰੀ ਹੈ ਉਹ ਸੂਬੇ ਦਾ ਜਿਹੜਾ ਤੁਹਾਡਾ ਵੈਲਫੇਅਰ ਦਾ ਡਿਪਾਰਟਮੈਂਟ ਹੈ ਉਹਨੇ ਦੇ ਅਸੀਂ ਜੋ ਪੈਸਾ ਉਹਨਾਂ ਨੇ ਮੰਗਣਾ ਅਸੀਂ ਉਹ ਦੇ ਦਿੱਤਾ ਕੱਲ ਨਾ ਮੇਰਾ ਕੈਂਪ ਆ ਉੱਥੇ ਦਸਵੇਂ ਦੇ ਕੰਮ ਉਹਦੇ ਵੈਲਫੇਅਰ ਅਧਿਕਾਰੀ ਆਣਗੇ ਪਹਿਲੀ ਨੂੰ ਮਿਲਣੀ ਉਸ ਤੋਂ ਬਾਅਦ ਤੁਸੀਂ ਜਾਣਕਾਰੀ ਚਾਹੁੰਦੇ ਤੁਹਾਨੂੰ ਕਿਹਾ ਸਵੇਰੇ ਆ ਜਾਓ ਅਧਿਕਾਰੀਆਂ ਨਾਲ ਮਿਲਾ ਦੇਵਾਂਗੇ ਇਸ ਗੱਲ ਨੂੰ ਮੰਨਣ ਨੂੰ ਬਿਲਕੁਲ ਤਿਆਰ ਨਹੀਂ ਹੈਗੇ ਸਿਰਫ ਦਬਕੇ ਮਾਰ ਕੇ ਨਾ ਸਿਰਫ ਦਬਕੇ ਨਹੀਂ ਸਰ ਪਹਿਲਾਂ ਮੀਡੀਆ ਨੂੰ ਮੀਡੀਆ ਸਾਹਮਣੇ ਦੇਖ ਲਓ ਸਿਰਫ ਇਹ ਦਬਕੇ ਮਾਰ ਕੇ ਨਾ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਹਨਾ ਮੈਂ ਇਹਨਾਂ ਨੂੰ ਮੇਰੇ ਕੋਲ ਸਾਰੇ ਪ੍ਰੂਫ ਹੈ 3 ਦਸੰਬਰ ਨੂੰ ਦੇਖ ਲਓ ਜੀ ਆ ਸਾਰੀਆਂ ਤਰੀਕਾਂ ਮੇਰੇ ਕੋਲ ਪਈਆਂ ਸਿਰਫ ਧਮਕੀ ਦੇ ਕੇ ਡਰਾ ਕੇ ਇਹ ਹੀ ਚਾਹੁੰਦੇ ਆ ਵੀ ਅੰਗ ਹੀ ਜਿਹੜਾ ਪੰਜਾਬ ਦਾ ਦੱਬਿਆ ਆ ਇਸ ਤਰ੍ਹਾਂ ਦੱਬਿਆ ਰਹੇ ਇਹਨਾਂ ਨੂੰ ਮੰਨਦੇ ਨਹੀਂ ਆ ਮੈਨੂੰ ਅੱਜ 4 ਸਾਲ ਹੋ ਗਏ ਇਹਨਾਂ ਨੂੰ ਲਗਾਤਾਰ 4 ਸਾਲ ਪਹਿਲਾਂ ਕੁਛ ਨਹੀਂ ਕੀਤਾ ਜਦੋਂ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਇਹਨਾਂ ਨੇ ਕਾਲੀਆਂ ਝੰਡੀਆਂ ਨਾਲ ਮੁਜ਼ਾਹਰਾ ਕਰਨਾ ਆ ਅੱਜ ਇਹਨਾਂ ਨੂੰ ਪਹਿਲੀ ਤਰੀਕ ਨੂੰ ਜਿਹੜਾ 6 ਮਹੀਨੇ ਪਹਿਲਾਂ ਕੈਂਪ ਲੱਗਾ ਸੀਗਾ ਉਹਦੇ ਵਿੱਚ ਮੈਂ ਸਮਾਨ ਵੰਡਣ ਨੂੰ ਤਿਆਰ ਹੋਏ ਆ ਆ ਮੈਂ ਅੰਗ ਹੀ ਨਾ ਉਤਾਰ ਕੇ ਦੇਖੋ ਮੀਡੀਆ ਨੂੰ ਮੈਂ ਰਿਕੁਐਸਟ ਕਰਦਾ ਕਿ ਕਿੱਦਾਂ ਤੁਰਦੇ ਆ ਇਹ ਦੱਸੋ ਸੰਘਰਸ਼ ਕਰਨ ਦੇ ਕਾਬਲ ਹੈਗੇ ਆ ਇਹ ਇਹਨਾਂ ਕੋਲ ਆਪਣੇ ਹੱਕ ਮੰਗਦੇ ਆ ਸਾਡੇ ਕੇਂਦਰੀ ਮੰਤਰੀ ਹੋਣ ਦਾ ਸਾਡੇ ਨਾਲ ਸੰਬੰਧਿਤ ਮੰਤਰੀ ਹੋਣ ਦੇ ਬਾਵਜੂਦ ਦਲਿਤ ਮੰਤਰੀ ਹੋਣ ਦੇ ਬਾਵਜੂਦ ਵੀ ਅੰਗਹੀਣ ਜ਼ਿਆਦਾ ਸੰਖਿਆ ਵਿੱਚ ਦਲਿਤ ਆ ਪਰ ਇਹਨਾਂ ਨੇ ਦਲਿਤ ਮੰਤਰੀ ਨੇ ਇਹਨਾਂ ਦੀ ਦਲਿਤਾਂ ਦੀ ਵੀ ਅੰਗਹੀਣਾ ਦੀ ਗੱਲ ਕੋਈ ਨਹੀਂ ਸੁਣੀ ਹੈਗੀ ਬੜਾ ਦੁੱਖ ਹੁੰਦਾ ਇਸ ਗੱਲ ਨੂੰ ਲੈ ਕੇ ਇਸ ਕਰਕੇ ਆ ਜਿਹੜੀ ਹੁਣ ਇਹਨਾਂ ਨੇ ਮੈਨੂੰ ਭਰੋਸਾ ਕੀਤਾ ਝੂਠਾ ਭਰੋਸਾ ਕੀਤਾ ਮੈਂ ਬਿਲਕੁਲ ਇਹਨੂੰ ਮੰਨਦਾ ਨਹੀਂ ਹੈਗਾ ਆਪਾਂ ਜਿਹੜਾ ਆਪਣਾ ਮੁਜ਼ਾਹਰਾ ਆ ਆਪਾਂ ਉਸੇ ਤਰ੍ਹਾਂ ਜਾਰੀ ਕਰਾਂਗੇ ਪਹਿਲਾਂ ਤੁਸੀਂ ਕਿੰਨੀ ਵਾਰ ਆਪਣਾ ਓਬਜੈਕਸ਼ਨ ਕੀਤਾ ਹੈ ਅਸੀਂ ਲਗਾਤਾਰ ਮੈਂ ਦੇਖੋ ਜੀ ਪਿਛਲੇ 4 ਸਾਲਾਂ ਤੋਂ ਵਿਜੇ ਸਾਂਪਲਾ ਨੂੰ 3-4 ਵਾਰ ਮੀਟਿੰਗਾਂ ਕਰ ਖੜੇ ਹਾਂ ਇਹਨਾਂ ਨੂੰ ਰਿਕੁਐਸਟ ਕਰ ਖੜੇ ਹਾਂ ਨਗਰ ਨਿਗਮ ਦੇ ਵਿੱਚ ਵੀ ਅਸੀਂ ਕਾਲੀਆਂ ਝੰਡੀਆਂ ਦੇ ਨਾਲ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਲਿਖਿਆ ਸੀਗਾ ਇਹਨਾਂ ਨੇ ਉੱਥੇ ਵੀ ਆਹੀ ਕੰਮ ਕਰਕੇ ਸਾਨੂੰ ਇਹ ਰੱਦ ਕਰਵਾ ਦਿੱਤਾ ਜਿਹੜਾ ਆਪਾਂ ਤੁਹਾਡਾ ਮੰਗਿਆ ਹੈ ਤੁਹਾਡੀਆਂ ਆਪਾਂ ਅੱਗੇ ਜ਼ਰੂਰ ਕਰਾਂਗੇ ਪਰੰਤੂ ਵਾਰ ਵਾਰ ਉਹੀ ਗੱਲ ਹੋ ਰਹੀ ਆ ਪਰ ਲਗਾਤਾਰ ਮੇਨ ਮੰਗ ਇਹ ਹੈ ਕਿ ਕੇਂਦਰ ਸਰਕਾਰ ਜੋ ਸਾਨੂੰ ਅੰਗਹੀਣਾਂ ਦੀਆਂ ਭਲਾਈ ਦੀਆਂ ਸਕੀਮਾਂ ਆ ਉਹਦੇ ਬਾਰੇ ਬਿਲਕੁਲ ਹੀ ਚਾਨਣਾ ਨਹੀਂ ਪਾ ਰਹੀ ਤਾਂ ਜੋ ਕਿ ਜੇ ਸਾਨੂੰ ਪਤਾ ਲੱਗ ਜਾਵੇ ਕੇਂਦਰ ਸਰਕਾਰ ਕੋਲੋਂ ਆਹ ਸਕੀਮਾਂ ਆ ਰਹੀਆਂ ਆ ਅਸੀਂ ਨਾ ਮੰਤਰੀਆਂ ਜੀਣਾ ਹਰਾਮ ਕਰ ਦੇਣਾ ਇਸ ਕਰਕੇ ਪੂਰੇ ਭਾਰਤ ਦੇ ਅੰਗਹੀਣਾਂ ਨੂੰ ਧੋਖੇ ਵਿੱਚ ਰੱਖ ਕੇ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਆਪਾਂ ਅੰਗਹੀਣਾਂ ਨੂੰ ਇਸ ਤਰ੍ਹਾਂ ਬੋਲਿਆ ਕਰਨਾ ਆ ਹੁਣ ਪ੍ਰੋਗਰਾਮ ਕੀ ਹੈ ਤੁਹਾਡਾ ਇਸ ਤੋਂ ਬਾਅਦ ਸਾਡਾ ਅਗਲਾ ਪ੍ਰੋਗਰਾਮ ਅਸੀਂ ਪਹਿਲਾਂ ਵੀ ਲਿਖਿਆ ਸੀਗਾ ਉਹੀ ਆ ਕਿ ਅਸੀਂ ਮੰਤਰੀ ਨਿਤਿਨ ਗਡਕਰੀ ਨੂੰ ਮੰਗ ਪੱਤਰ ਦੇਣਾ ਆ ਅਸੀਂ ਉਹਨਾਂ ਨਾਲ ਮੀਟਿੰਗ ਕਰਨੀ ਆ ਜੇਕਰ ਪ੍ਰਸ਼ਾਸਨ ਨੇ ਸਾਨੂੰ ਇਸ ਤਰ੍ਹਾਂ ਦਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜੋ ਪਹਿਲਾਂ ਕੰਮ ਹੋਇਆ ਅਸੀਂ ਉਹ ਦੁਆਰਾ ਫਿਰ ਆਪਣੀਆਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਅਸੀਂ ਮੰਤਰੀ ਨੂੰ ਹਰ ਤਸੀਲੇ ਇੱਥੇ ਆਪਾਂ ਮੰਗ ਪੱਤਰ ਦੇ ਕੇ ਜਾਣਾ ਆ ਅਸੀਂ ਇਹਨਾਂ ਦੇ ਝੂਠੇ ਵਿਸ਼ਵਾਸਾਂ ਦੇ ਵਿੱਚ ਨਹੀਂ ਆਉਣਾ ਅਸੀਂ ਇੱਥੇ ਵਿਜੇ ਸਾਂਪਲਾ ਦੀ ਪੋਲ ਖੋਲਣੀ ਆ ਕਿ ਅਸੀਂ ਲਗਾਤਾਰ ਇਹਨਾਂ ਨੂੰ ਮਿਲਦੇ ਆ ਰਹੇ ਹਾਂ ਸਾਡੇ ਨਾਲ ਸੰਬੰਧਿਤ ਮੰਤਰੀ ਆ ਪ੍ਰਾਂਤੀ ਨਾਲ ਸਾਡੀ ਕੋਈ ਗੱਲ ਨਹੀਂ ਸੁਣੀ ਅੱਜ ਸਾਡੀ ਗੱਲ ਸੁਣ ਲਈ ਅੱਜ ਗੱਡੀ ਵਿੱਚ ਆ ਗਏ ਇਹਨਾਂ ਅੰਗਹੀਣਾਂ ਨੂੰ ਇਹ ਬਾਹਰ ਕੱਢਣਾ ਚਾਹੁੰਦੇ ਸੀਗੇ ਮੈਂ ਕਹਿੰਦਾ ਅੰਗਹੀਣਾਂ ਨੂੰ ਬਾਹਰ ਕੱਢ ਕੇ ਦੇਖੋ ਕਿੰਨੇ ਕਿੰਨੇ ਔਖੇ ਹੋ ਕੇ ਆਏ ਆ